ਕੜੇ ਬੰਗਿਆਂ ਨੇ 5-5 ਵਾਰੀ ਆਪਰੇਸ਼ਨ ਹੋਇਆ ਸਾਡੇ ਕੋਲ ਨੋਟ ਲਿਖਿਆ ਹੋਇਆ 3 ਵਾਰੀ 2 ਵਾਰੀ ਆਪਰੇਸ਼ਨ ਆਪਰੇਸ਼ਨ ਦਾ ਕਾਰਨ ਕੀ ਹੈ ਜੀ ਆਪਰੇਸ਼ਨ ਦਾ ਇੱਕ ਬਸ ਲਾ ਲਾਹ ਤਰ੍ਹਾਂ ਹੋਣਗੇ ਭਰਾ ਵੀ ਕੜੇ ਨਾਲ ਹੀ ਵੀ ਬਵਾਸੀਰ ਠੀਕ ਹੋ ਜਾਂਦੀ ਹੈਗੀ ਤੇ ਕਿਵੇਂ ਕੀ ਕਾਰਨ ਵਾ ਬਈ ਇਹ ਕਿਵੇਂ ਇਹ ਹੋ ਜਾਂਦਾ ਵੀ ਤੇ ਕਾਕਾ ਜੀ ਜਿਹੜੀ ਇਹ ਬਵਾਸੀਰ ਹੈ ਇਹ ਅਸਲ ਤਾਂ ਸਰੀਰਕ ਗਰਮਾਹਟ ਦੇ ਕਾਰਨ ਜੀ ਚਾਰਜ ਰਹਿੰਦੇ ਵੇ ਸੇ ਬਾਬਾ ਜੀ ਕੋਈ ਜਿਵੇਂ ਹੁੰਦਾ ਜੀ ਇਹਦਾ ਕੋਈ ਖਰਚਾ ਲੈਣੇ ਜੀ 100 ਰੁਪਏ ਜੀ 100 ਰੁਪਏ ਜੀ ਕੜੇ ਦਾ ਜੀ ਹਾਂ 100 ਕੜੇ ਦਾ 100 ਜੀ ਦਵਾਈ ਦਿੰਨੇ ਆਂ ਹਾਂਜੀ ਸਰੀਰ ਕੇ ਕਰਮਾਇਸ਼ ਵਾਸਤੇ 100 ਹੀ ਉਹ ਲੈਣੇ ਆਂ ਜੀ ਠੀਕ ਹੈ ਜੀ ਅਸੀਂ ਦਾਨ ਕਰ ਦਿਆਂਗੇ ਇਹਦੇ ਵਿੱਚੋਂ ਅਸੀਂ ਆਪ ਦਾ ਲਾਜ਼ਮੀ ਕੜੇ ਪਾਤੇ ਹੋਣੇ ਤੇ ਮੈਂ ਕੜੇ ਪਾਤੇ ਮਤਲਬ ਉਹ ਨਹੀਂ ਜਾਤ ਗਿਆ ਤਕਰੀਬਨ 4000 ਤੋਂ ਤੱਕ ਨਿਕਲ ਗਿਆ ਜੀ 4000 ਪਹਿਲਾਂ ਲਿਖਿਆ ਵੀ ਨਹੀਂ ਜੀ ਮੈਂ ਕਿਹਾ 6000 ਕੜਾ ਹੋ ਗਿਆ ਉਹ ਜੀ ਹਾਂਜੀ ਮਿੱਤਰੋ ਹਸੀਕ ਕਾਲ ਜੀ ਸਵਾਗਤ ਹੈ ਇੱਕ ਹੋਰ ਵਧੀਆ ਵੀਡੀਓ ਦੇ ਵਿੱਚ ਜਿਹੜੀ ਅੱਜ ਵੀਰੋ ਆਹ ਵੀਡੀਓ ਆ ਨਾ ਸ਼ੇਅਰ ਕਰ ਦਿਓ ਅੱਜ ਨਾ ਤੁਹਾਡੇ ਆਸਤੇ ਇੱਕ ਆ ਵੀਡੀਓ ਦੇ ਵਿੱਚ ਇਹ ਦੱਸਣਾ ਤੁਹਾਨੂੰ ਬਵਾਸੀਰ ਦਾ ਪੱਕਾ ਇਲਾਜ ਤੇ ਨੋਟ ਤੁਸੀਂ ਕਰ ਲਿਓ ਵੀ ਬਵਾਸੀਰ ਦੇ ਨਾ ਕੜੇ ਪਾਏ ਜਾਂਦੇ ਆ ਪਿੰਡ ਆਪਾਂ ਜਿਉਂਦਾ ਇਹ ਪਿੰਡ ਜਿਹੜਾ ਰਾਮਪੁਰਾ ਫੂਲ ਤੋਂ 10 ਕਿਲੋਮੀਟਰ ਤੇ ਤਪਾ ਮੰਡੀ ਤੋਂ 6 ਕਿਲੋਮੀਟਰ ਦੂਰ ਆ ਤੇ ਬਰਨਾਲਾ ਰੋਡ ਤੇ ਆਪਾਂ ਜਾਂਦੇ ਆ ਇਧਰਲੀ ਸਾਈਡ ਨੂੰ ਜਿਉਂਦ ਪਿੰਡ ਆ ਜਾਂਦਾਗਾ ਤੇ ਬਾਬਾ ਜੀ ਆ ਜੀਤ ਬਾਬਾ ਜੀ ਆ ਬਾਬਾ ਜੀ ਦਾ ਨਾਮ ਹੈਗਾ ਹਰਜੀਤ ਸਿੰਘ ਤੇ ਇਹ ਆ ਜਿਹੜੇ ਕੀ ਆ ਕੜੇ ਦਿੰਦੇ ਆ ਬਵਾਸੀਰ ਦੇ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਵਾਕਈ ਵੀ ਇਹ ਕੀ ਕਾਰਨ ਹਨਾ ਕੜੇ ਆ ਇਹਨਾਂ ਨਾਲ ਵੀ ਆਰਾਮ ਆ ਜਾਂਦਾ ਵਾਕੀ ਹਾਂ ਸ਼ਹੀਕਾ ਵਾ ਭਾਈ ਹਾਂ ਸਹੀ ਗਾ ਲੀ ਆ ਭਾਈ ਇੱਕ ਵਾਰੀ ਤੁਸੀਂ ਆਪਦਾ ਜਿਹੜਾ ਘਰ ਦੀ ਲੋਕੇਸ਼ਨ ਆਏ ਜਰੂਰ ਦੱਸ ਦਿਓ ਮੈਨੂੰ ਮਨ ਲੱਗਦਾ ਨੇੜੇ ਵਾਟਰ ਵਾਟਰ ਵਾਕਸ ਆਏ ਹਨ ਹਾਂਜੀ ਹਾਂਜੀ ਨੇੜੇ ਵਾਟਰ ਵਾਕਸ ਇਹ ਜਿਉਂਦ ਪਿੰਡ ਹੀ ਆ ਨਾ ਜਿਉਂਦ ਪਿੰਡ ਆ ਜਿੱਥੋਂ ਮਰਜ਼ੀ ਪਤਾ ਕਰ ਲੈਣਾ ਤਾਂ ਪਤਾ ਲੱਗ ਹੀ ਗਿਆ ਹੋਣਾ ਹਨਾ ਤੇ ਕਈ ਮਨ ਲੱਗਦਾ सांगਦੇ ਨਹੀਂ ਦੱਸਦੇ ਹੁਣੇ ਹਨਾ ਇਹ ਚੀਜ਼ ਆ ਆਪਾਂ ਵੀਡੀਓ ਵੀ ਤਾਈਓ ਪਾ ਰਹੇ ਹਾਂ ਚੱਲ ਕਿਸੇ ਦਾ ਭਲਾ ਹੋ ਜਾ ਬਾਕੀ ਆ ਨੰਬਰ ਮੈਂ ਸਕਰੀਨ ਤੇ ਵੀ ਚਲਾ ਦੂੰਗਾ ਦੋ ਨੰਬਰ ਦਿੱਤੇ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਕਈ ਨਹੀਂ ਦਾ ਹਾਂਜੀ ਹਾਂਜੀ ਇਹਦੇ ਤਿੰਨ ਆ ਇਹਦੇ ਜੇ ਤਿੰਨ ਆ ਜੀ ਹਾਂ ਜੀ ਬਾਕੀ ਮੈਂ ਦੋਸਤੋ ਆ ਕਾਰਡ ਵੀ ਦਿਖਾ ਰਿਆ ਤੇ ਨੰਬਰ ਮੈਂ ਵੈਸੇ ਵੀ ਪਾ ਦੂੰਗਾ ਤੇ ਮੇਨ ਆ ਵੀ ਆਪਾਂ ਦੇਖਦੇ ਆ ਵੀ ਕਈ ਵਾਰੀ ਹੈਰਾਨ ਹੋਣਗੇ ਭਰਾ ਵੀ ਕੜੇ ਨਾਲ ਹੀ ਵੀ ਬਵਾਸੀਰ ਠੀਕ ਹੋ ਜਾਂਦੀ ਹੈਗੀ ਤੇ ਕਿਵੇਂ ਕੀ ਕਾਰਨ ਵਾ ਬਈ ਇਹ ਕਿਵੇਂ ਇਹ ਹੋ ਜਾਂਦਾ ਵੀ ਤੇ ਕਾਕਾ ਜੀ ਜਿਹੜੀ ਇਹ ਬਵਾਸੀਰ ਹੈ ਇਹ ਅਸਲ ਤਾਂ ਸਰੀਰਕ ਗਰਮਾਸ਼ ਦੇ ਕਾਰਨ ਹੁੰਦੀ ਹੈ ਕਿ ਆਪਣਾ ਅਨਾਜ ਬਹੁਤ ਖਤਨਾਕ ਹੋਇਆ ਪਿਆ ਜੀ ਜੀ ਦੇਖੋ ਕਣਕ ਚ ਵੀ ਸਾਤ-ਸਾਤ ਘਟੇ ਪਾਈ ਨੇ ਆਲੂਆਂ ਦਾ 14-15 ਘਟੇ ਪਾਉਂਦੇ ਜੀ ਜੀ ਕੱਲ ਸਾਨੂੰ ਇੱਕ ਇੱਥੇ ਆਇਆ ਸੀਗਾ ਜੀ ਉਹਦਾ ਨਾਮ ਗੋਬੀ ਜੀ ਕਹਿੰਦਾ ਮੈਂ 20 ਘਟੇ ਪਾਤੇ ਰੇ ਦੇ ਯੂਰੀਆ ਦੇ ਅਨਾਜ ਹੁਣ ਜਦੋਂ ਅਨਾਜ ਇਹ ਜਾਓਗੇ ਜੀ ਸਰੀਰ ਕਿਤੇ ਦਾ ਗਰਮਾਹਟ ਹੋਣੀ ਹੈ ਜੀ ਜੀ ਇਹ ਬਿਮਾਰੀਆਂ ਜਿਹੜੀ ਜਦ ਸਰੀਰ ਕਿ ਗਰਮਾਹਟ ਦੀ ਹੈ ਜੀ ਸਰੀਰ ਦਾ ਤੁਹਾਨੂੰ ਕਬਜ਼ ਹੋ ਜਾਂਦਾ ਹਾਂ ਜੀ ਕਬਜ਼ ਵੀ ਇਹਦੇ ਚ ਨਹੀਂ ਹੋਣੀ ਚਾਹੀਦੀ ਹਾਂ ਜੀ ਹਾਂ ਦੋ ਚੀਜ਼ਾਂ ਦੇ ਜਮ ਮੈਂ ਨਹੀਂ ਆ ਜੀ ਜੀ ਸਰੀਰਿਕ ਕਰਮਾ ਇਸ ਬਾਤ ਦੇ ਨਾਲ ਆਪਾਂ ਇੱਕ ਦਵਾਈ ਵੀ ਦਿੰਨੇ ਆ ਜੀ ਇੱਕ ਬੁੱਟੀ ਦੀ ਦਵਾਈ ਹੈ ਉਹ ਤਿਆਰ ਕਰਕੇ ਪਹਿਲਾਂ ਸਰੀਰਿਕ ਕਰਮਾ ਇਸ ਥੱਲੇ ਕਰਨੀ ਜ਼ਰੂਰੀ ਹੈ ਜੀ ਹਾਂਜੀ ਉਹਦੇ ਨਾਲ ਸਹੀ ਹੁੰਦੀ ਇਹਦੇ ਕਰ ਕਾਰਨ ਹੁੰਦੀ ਬਾਕੀ ਕੜੇ ਦਾ ਫਾਇਦਾ ਕਰਨਾ ਹੀ ਕਰਨਾ ਜੀ ਨਾਲ ਉਹ ਦੇਣੀ ਜ਼ਰੂਰੀ ਹੈ ਜੀ ਸਰੀਰਿਕ ਕਰਮਾ ਇਸ ਬਾਤ ਜੀ ਹਾਂਜੀ ਉਹ ਬਾਈ ਜੀ ਨੇ ਨਾ ਜੱਟਾਂ ਦੇ ਟਰੈਕਟਰ ਵਾਲੇ ਭਰਾਣੇ ਸਾਡੀ ਰੀਲ ਪਾਈ ਸੀ ਮੈਨੂੰ ਲੱਗਦਾ ਛੋਟੇ ਤੋਂ ਮੈਨੂੰ ਲੱਗਦਾ ਬਹੁਤ ਸਾਰੇ ਮਲਾ ਲੋਕ ਕੜੇ ਲੈ ਕੇ ਗਏ ਹੋਣੇ ਹਾਂ ਹਾਂ ਬਹੁਤ ਜਿਆਦੇ ਹਨ ਜੀ ਹਾਂ ਬਿਲਕੁਲ ਕਈ ਲੋਕ ਸੰਗਦੇ ਦੱਸਦੇ ਨਹੀਂ ਇਸ ਬਾਰੇ ਇਹ ਬਹੁਤ ਮਤਲਬ ਤਖਲੀਫ ਭਰੀ ਕਹਿੰਦੇ ਵੀ ਸੁਣਦੇ ਆ ਵੀ ਇਹ ਉਹ ਮਾਰੀ ਪੜੀ ਹੈ ਹਾਂ ਜੀ ਬਿਲਕੁਲ ਤੇ ਇਹ ਜਾਂ ਕੜਿਆਂ ਦੇ ਵਿੱਚ ਇਹੋ ਜਾਂ ਕੀ ਕਰਦੇ ਆ ਬਾਬਾ ਜੀ ਇਹ ਕਦੇ ਕਾਦੇ ਕੜੇ ਬਣਾਉਨੇ ਤੁਸੀਂ ਇਹ ਕੜੇ ਤਾਂ ਹੈਗੇ ਜੀ ਇਹਦਾ ਨਾਮ ਕੀ ਕਾਪਰ ਦੇ ਆ ਜੀ ਤਾਂਬੇ ਦੇ ਕੜੇ ਆ ਜੀ ਜੀ ਤਾਂਬੇ ਦੇ ਕੜੇ ਪਰੇ ਬਖਸ਼ਿਸ਼ ਹੋਈ ਹੈ ਪਰਮਾਤਮਕ ਨੇ ਕੋਈ ਆਪ ਕਿਰਪਾ ਹੋਈ ਹੈ ਕਿ ਮਹਾਪੁਰਸ਼ਾਂ ਦੀ ਹਾਂਜੀ ਉਹਦੇ ਕਾਰਨ ਬਸ ਸਾਰਾ ਇਹ ਰਤਣਾ ਰਚੀ ਗਈ ਹੈ ਠੀਕ ਹੈ ਕਿ ਮਹਾਪੁਰਸ਼ਾਂ ਵੱਲੋਂ ਤੁਹਾਨੂੰ ਇੱਕ ਕੋਈ ਗੁਣ ਦਿੱਤਾ ਆ ਹਾਂ ਜੀ ਠੀਕ ਹੈ ਮਹਾਪੁਰਸ਼ਾਂ ਕੋਲੇ ਮੈਨੂੰ ਜਾਨਣਾ ਹੁੰਦਾ ਜੀ ਹਾਂ ਜੀ ਠੀਕ ਹੈ ਬਿਲਕੁਲ ਉਹਨਾਂ ਕੋਲੇ ਕੋਈ ਬੰਦੇ ਆ ਬਹੁਤ ਬਿਲਕੁਲ ਤੇ ਕਿੰਨਾ ਟਾਈਮ ਹੋ ਗਿਆ ਬਾਬਾ ਜੀ ਇਹ ਮੈਨੂੰ ਸਵਾ ਸਾਲ ਹੋ ਗਿਆ ਜੀ ਪੌਂਦਨਾ ਹਾਂ ਸਵਾ ਸਾਲ ਤੇ ਹੁਣ ਤਾਂ ਹੀ ਕੀ ਰਿਜ਼ਲਟ ਰਿਹਾ ਹ ਰਿਜ਼ਲਟ ਤਾਂ ਮੈਂ ਸਾਰਿਆਂ ਨੂੰ ਪੁੱਛਦਾ ਹਾਂ ਜੀ ਮੈਂ ਕਿਵੇਂ ਭਾਈ ਜਿਹੜਾ ਵੱਧ ਤਕਲੀਫ ਆਉਂਦਾ ਲਾਜ਼ਮੀ ਪੁੱਛਦਾ ਮੈਂ ਹਾਂਜੀ ਉਹਨੂੰ ਪੁੱਛੀ ਰਾਵੀ ਦੱਸ ਭਾਈ ਕਿਵੇਂ ਤੂੰ ਅਗਲਾ ਕਹਿੰਦਾ ਮੈਂ ਠੀਕ ਹੈ ਬਿਲਕੁਲ ਠੀਕ ਹੈ ਇਹ ਸਾਰਾ ਰਿਜ਼ਲਟ ਲੈ ਆਇਆ ਹੋਇਆ ਜੀ ਪੂਰਾ ਪਹਿਲਾਂ ਠੀਕ ਹੈ ਹਾਂਜੀ ਫੇਰ ਹੀ ਵਾ ਅਸੀਂ ਫੇਸਬੁੱਕ ਵਗੈਰਾ ਤੇ ਪਾਇਆ ਹਾਂਜੀ ਪਹਿਲਾਂ ਰਿਜ਼ਲਟ ਪੂਰਾ ਲੈ ਕੇ ਆਇਆ ਸਾਰਾ ਬਿਲਕੁਲ ਠੀਕ ਹੈ ਪਰਮਾਤਮਾ ਕਰਨੀ ਹੈ ਸਭ ਕਿਰਪਾ ਹੈ ਕਿਰਪਾ ਹੀ ਉਹਦੀ ਮਾਲਕ ਦੀ ਹਾਂ ਜੀ ਤੇ ਬਵਾਸੀਰ ਹੁੰਦੀ ਕਿਵੇਂ ਕਿੰਨੇ ਤਰ੍ਹਾਂ ਦੀ ਹੁੰਦੀ ਕੋਈ ਬਵਾਸੀਰ ਦੇਖੋ ਇਹ ਹੁੰਦਾ ਇਹਦੇ ਚਾਰ ਕਿਸਮਾਂ ਜੇ ਹਾਂਜੀ ਪਹਿਲੀ ਕਿਸਮ ਦਾ ਬਰੀਕ ਬਰੀਕ ਗੈਆਂ ਹੋ ਜਾਣੀਆਂ ਜੀ ਜਿੱਥੇ ਲੈਟਰਿੰਗ ਆ ਕੇ ਨਿਕਲਦੀ ਹੈ ਉਹ ਹੋ ਜਾਣੀਆਂ ਚਾਰ ਉਹ ਉਹਦੇ ਨਾਲ ਹੋਣ ਲੱਗਦੀ ਹੈ ਜਲਣ ਜੀ ਉਹਨੂੰ ਜਲਣ ਕਹਿੰਦੇ ਹੈ ਜੀ ਉਹ ਜਲਣ ਹੋ ਜਾਂਦੀ ਹੈ ਦੂਜੇ ਨੰਬਰ ਤੇ ਜਿਹੜਾ ਬਲੱਡ ਆਉਂਦਾ ਉਹ ਵਿਆਈ ਹੁੰਦੀ ਹੈ ਜੀ ਤੀਜੇ ਨੰਬਰ ਤੇ ਹੁੰਦੀ ਹੈ ਜੀ ਜਿਵੇਂ ਮੌਕਾ ਹੈ ਹਾਂਜੀ ਮਾਸ ਵਧਿਆ ਕਰੋ ਮੌਕਾ ਕਰੋ ਫੋੜਾ ਕਰੋ ਉਹ ਆ ਜੀ ਜਿਹੜੀ ਜਿਹੜੀ ਚੌਥੀ ਕਿਸਮ ਆ ਜੀ ਉਹ ਅੰਦਰ ਹੁੰਦੀ ਹੈ ਪਾਈਪ ਲਾਈਨ ਦੇ ਜੀ ਪਾਈਪ ਲਾਈਨ ਦੇ ਅੰਦਰ ਗਾਹਾਂ 4-5 ਗੋਣਾ ਗਾਹਾਂ ਜਿਹੜੀ ਲੈਟਰਨ ਵਾਲੀ ਪਾਈਪ ਲਾਈਨ ਉਹਦੇ ਵਿੱਚ ਉਹਨੂੰ ਭਗੰਦਰ ਕਹਿੰਦੇ ਆ ਜੀ ਅੱਛਾ ਜੀ ਹਾਂ ਮੈਂਨਦਾਰੇ ਉਹੀ ਮਤਲਬ ਇਨੀ ਤਰ੍ਹਾਂ ਦੀ ਇਹ ਹੁੰਦੀ ਹੈ ਹਾਂ 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 ਠੀਕ ਹੈ ਤੇ ਇਹਨਾਂ ਕੜਿਆਂ ਨਾਲ ਮਤਲਬ ਆਪਣੇ ਬਿਲਕੁਲ ਠੀਕ ਹਾਂ ਜੀ ਭਗੰਦਰ ਵਾਲੇ ਬਹੁਤ ਠੀਕ ਕਰਿਆ ਜੀ ਹਾਂ ਜਿੰਨਾ ਭਗੰਦਰ ਨੂੰ ਮੈਨੂੰ ਸਮਾਂ ਲੱਗਦਾ 1 ਮਹੀਨਾ 1 ਮਹੀਨੇ ਦੇ ਵਿੱਚ ਜਿਹੜੀ ਮੌਕਾ ਹੁੰਦਾ ਉਹ 15 ਦਿਨਾਂ ਆਟੋਮੈਟਿਕ ਠੀਕ ਹੋ ਜਾਂਦਾ ਹੈ। ਗਈ 5 ਦਿਨਾਂ ਚੀ ਜੀ। 5 ਦਿਨਾਂ ਦੇ ਵਿੱਚ। ਹਾਂ ਜੀ ਹਾਂ ਜੀ। 5 ਦਿਨਾਂ ਵਿੱਚ ਠੀਕ ਹੋ ਜਾਂਦਾ। ਠੀਕ ਹੈ ਜੀ। ਮਤਲਬ ਇਹ ਤਾਂ ਜਿਹੜੇ ਚੱਲਣਾ ਉਹ ਹਟਾਈ ਜਾਂਦੀ ਹੈ ਜੀ। ਬਰੀਕ ਪੈਗਾਂ ਹੁੰਦੀਆਂ। ਹਾਂ ਜੀ। ਉਹਨੂੰ ਦਵਾਈ ਲਿਖ ਕੇ ਦੇਣਾ ਇਹ ਬਟਨ ਉਹ ਬੜਾ ਸੀ ਟਿਊਬ ਲਾਉਣੀ ਹੈ ਜੀ। ਜੀ। ਹਾਂ ਜੀ। ਠੀਕ ਹੈ। ਬੜਾ ਬਟਨ ਬੜਾ ਸੀ ਚੱਲਣ ਵਾਲੇ ਵਾਸਤੇ। ਠੀਕ ਹੈ ਜੀ। ਆਮ ਆਪਾ ਦੇਖਦੇ ਆਂ ਕਈ ਜਾਂਦੇ ਆ ਹਸਪੀਟਲਾਂ ਦੇ ਵਿੱਚ ਕਾਫੀ ਪੈਸੇ ਲੱਗ ਜਾਂਦੇ ਆ। ਇਹਦਾ ਆਪਰੇਸ਼ਨ 5-5 ਵਾਰ ਜਿਹੜੇ ਬੰਦੇ ਨੇ 5-5 ਵਾਰੀ ਆਪਰੇਸ਼ਨ ਹੋਇਆ ਸਾਡੇ ਕੋ ਹਾਂ ਕੋਈ ਫਰਕ ਤਾਂ ਕੋਈ ਨਹੀਂ ਤੇ 10000 ਬੰਦੇ ਲਿਖੇ ਠੀਕ ਹੈ ਅੱਛਾ ਨੋਟ ਵੀ ਰੱਖਦੇ ਹਾਂ ਤੁਸੀਂ ਕਰਕੇ ਹਾਂਜੀ ਹਾਂਜੀ ਠੀਕ ਹੈ ਜੀ ਆਹ ਦੇਖੋ ਠੀਕ ਹੈ ਆਹ ਦੇਖੋ ਬਾਬਾ ਜੀ ਨੇ ਕਾਪੀ ਭਰੀ ਵੀ ਆ ਭਰੀ ਵੀ ਆ ਜੀ ਦੇਖੋ ਆਹ ਪ੍ਰੇਖਣਾ ਇਹਨੇ ਲਿਖਿਆ ਦੋ ਵਾਰ ਜਾਂ ਤਿੰਨ ਵਾਰ ਜੀ ਠੀਕ ਹੈ ਆਹ ਦੇਖੋ ਜ ਐ ਥੋੜਾ ਨਹੀਂ ਆਹ ਦੇਖੋ ਠੀਕ ਹੈ ਨਾਲੇ ਪੇਜ ਭਰੇ ਪਏ ਜੀ ਆਪਣੇ ਜਨਾਲਾਂ ਦੇ ਇਹ ਇੱਕੰਨੇ ਮਹੀਨੇ ਹੋਇਆ ਜਿਵੇਂ ਹੋਇਆ ਹੈ 8 ਸਾਲ ਹੋਏ ਹਾਂ ਪ੍ਰੋਸੀਜਨ ਕਰਾਈ ਨੂੰ ਜੀ 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 ਆਹ ਦੇਖੋ ਜੀ ਠੀਕ ਆ ਬਾਕੀ ਮੈਂ ਬਾਲਾ ਅਗਲੇ ਕਈ ਈ ਹੁੰਦਾ ਪਿੰਡ ਵਗੈਰਾ ਦਾ ਨਾਮ ਨੰਬਰ ਲਿਖਿਆ ਹੁੰਦਾ ਬਾਬਾ ਕੋਲੇ ਨਹੀਂ ਕਈ ਈ ਹੁੰਦਾ ਹਨਾ ਜੀ ਆਪਾਂ ਚਲੋ ਪ੍ਰਾਈਵੇਸੀ ਆ ਨਹੀਂ ਦਿਖਾਉਂਦੇ ਨਹੀਂ ਜਿਹੜੇ ਹੋ ਕੇ ਠੀਕ ਆ ਜੀ ਤੇ ਇਹਦੇ ਕੀ ਚਾਰਜ ਰਹਿੰਦੇ ਵੇ ਸੇ ਬਾਬਾ ਜੀ ਕੋਈ ਜਿਵੇਂ ਹੁੰਦਾ ਜੀ ਇਹਦਾ ਕੋਈ ਖਰਚਾ ਲੈਣੇ ਹਾਂ ਜੀ 100 ਰੁਪਏ ਜੀ 100 ਰੁਪਏ ਜੀ ਕੜੇ ਦਾ ਜੀ ਹਾਂ 100 ਕੜੇ ਦਾ 100 ਜੀ ਦਵਾਈ ਦਿੰਨੇ ਆਂ ਹਾਂਜੀ ਸਰੀਰਿਕ ਕਰਮਾਇਸ਼ ਵਾਸਤੇ 100 ਹੀ ਉਹ ਲੈਣੇ ਆਂ ਅਨੇਕਾਂ ਦਾਨ ਮੇਰਾ ਕਰਿਆ ਹੋਇਆ ਜੀ ਅਨੇਕਾਂ ਦਾਨ ਕਰਾਂਗੇ ਅਸੀਂ ਸੁਸਾਇਟੀ ਬਣਾ ਲਈ ਔਰ ਨਾਨਕ ਸੇਵਾ ਸੁਸਾਇਟੀ ਬਣਾ ਲਈ ਠੀਕ ਹੈ ਜੀ ਉਹਦੇ ਵਿੱਚ ਐਸੀ ਵੀ ਦਾਨ ਬਹੁਤ ਭੇਜ ਜੰਦੇ ਆ ਹਾਂਜੀ ਇੱਥੇ ਦੇ ਜਾਂਦੇ ਵੀ ਆਏ ਆ ਦਾਨ ਚ ਪਾ ਲੋ ਜੀ ਇੱਕ ਤੁਸੀਂ ਲਿਖਿਆ ਹੋਇਆ ਠੀਕ ਹੋਣ ਤੋਂ ਬਾਅਦ 25 ਕਿਲੋ ਕਣਕ ਕਣਕ ਪੌਣੀ ਆ ਜੀ ਗਊਸ਼ਾਲਾ ਨੂੰ ਅੱਛਾ ਗਊਸ਼ਾਲਾ ਦੇ ਵਿੱਚ ਅੰਦਾਜ਼ਾ 20 ਬੰਦੇ ਆ ਕੇ ਜੀ 20 ਬੰਦੇ ਦੀ 5 ਕੁੰਟਲ ਕਣਕ ਬਣਦੀ ਹੈ ਇੱਕ ਰੰਦੀ ਮਹੀਨੇ ਦੀ ਹੋ ਗਈ 150 ਸਾਲ ਦੀ 1800 ਕੁੰਟਲ ਦਾਨ ਆ ਉਹ ਵਾਦੀ 100 ਬੰਦਾ ਆ ਕੇ ਤਾਂ 90000 ਕੁੰਟਲ ਇੱਕ ਸਾਲ ਦੀ ਬਣਦੀ ਹੈ ਬਣਦੀ ਹੈ ਹਾਂ 90 ਸਾਰੇ ਬਹੁਤ ਵੱਡਾ ਜੀ ਹਾਂਜੀ ਬਿਲਕੁਲ ਜੀ ਤੇ ਮਾਲਕ ਕਰਾਈਆਂ ਦਾ ਕਰੀ ਜਾਂਦੇ ਆ ਇਹ ਬਿਲਕੁਲ ਜੀ ਸੇਵਾ ਲੱਗੀ ਹੈ ਹਨਾ ਜੀ ਤੇ ਬਾਬਾ ਜੀ ਜਿਵੇਂ ਦੂਰ ਬੈਠੇ ਆ ਮਨ ਲਾ ਅੱਜ ਵੀਡੀਓ ਦੇਖ ਰਿਹਾ ਕੈਨੇਡਾ ਜਰ ਨਹੀਂ ਆ ਸਕਦਾ ਕੋਰੀਅਰ ਕਰ ਦਿੰਦੇ ਆ ਅਸੀਂ ਇੱਥੇ ਕਰੀ ਕਈ ਨਾ ਦੇਖਿਆ ਕਈ ਕੈਨੇਡਾ ਦੇ ਵਿੱਚ ਇਦਾਂ ਉਦਾਂ ਇਹਦਾ ਇਲਾਜ ਹੈ ਨਹੀਂ ਆ ਮਨ ਲਾ ਬਹੁਤ ਔਖੇ ਹੈ ਟਰੱਕ ਵਗੈਰਾ ਵੀ ਚਲਾਉਂਦੇ ਗੱਲ ਆ ਆ ਉਹਨਾਂ ਦੇ ਬਹੁਤ ਜ਼ਿਆਦਾ ਹੈ ਜੀ ਹਾਂਜੀ ਤੇ ਉਹ ਫਿਰ ਮਤਲਬ ਵੀ ਪਹੁੰਚ ਜਾਂਦੇ ਉੱਥੇ ਕੈਨੇਡਾ ਬਗਰਾ ਕੜੇ ਗਏ ਜੀ ਅਸੀਂ ਕੋਰੀਅਰ ਕਰੀ ਜਾਂ ਕਰਦੇ ਆ ਸੀ ਇੱਥੋਂ ਹੀ ਕਰ ਦਿੰਦੇ ਆ ਉਹਦੇ ਚਾਰਜ ਲੱਗਦੇ ਤਾਂ ਨਹੀਂ ਉਹਦਾ ਚਾਰਜ ਜਿੰਨਾ ਕੋਈ ਫੀਸ ਹੁੰਦੇ ਨਾ ਹਾਂਜੀ ਉਹ ਅਲੱਗ ਅਲੱਗ ਅਸ਼ਕੇ ਆਉਦੀ ਕੰਟਰੀਆਂ ਦੀ ਅਲੱਗ ਅਲੱਗ ਫੀਸ ਹੈ ਜੀ ਤੇ ਜਿਵੇਂ ਆਪਣੇ ਇਸ ਕੰਟਰੀ ਦੀ ਕਿੰਨੀ ਆ ਪੰਜਾਬ ਹੋ ਗਿਆ ਰਾਜਸਥਾਨ ਆਪਣੇ ਦਾ ਨਾ 100 ਰੁਪਏ ਇਹ 100 ਰੁਪਏ ਹਾਂ 100 ਰੁਪਏ ਲੈਣਗੇ ਆ ਬਾਕੀ ਚਲੋ ਜਿਹੜੇ ਵੀ ਵੀਰੋਂ ਆਏ ਨਹੀਂ ਹੁੰਦਾ ਵੀ ਅੱਜ ਬਾਬਾ ਜੀ ਨੇ ਕਹੇ ਦਾ 100 ਆ ਕਿਤੇ ਵਾਦੇ ਘੱਟਦੇ ਵੀ ਰਹਿੰਦੇ ਆ ਕੋਰੀਅਰ ਚਾਰਜ ਹੁੰਦੇ ਆ ਇਹ ਬਈ ਇੱਕ ਕੰਪਲੀਟ ਆਈ ਸੀਗੀ ਬਾਈ ਨੇ ਜਿਹੜੀ ਨੇ ਆਪਣੇ ਉਹ ਪਾਈ ਸੀਗੀ ਵੀ ਫੋਨ ਨਹੀਂ ਚਾਗਦੇ ਕੋਈ ਵੀ ਕੀ ਚੱਕਰ ਹਾਂ ਫੋਨ ਵਾਲਾ ਰਹਿੰਦਾ ਅੱਛਾ ਜੀ ਫੋਨ ਵਾਲੇ ਹੁੰਦੇ ਆ ਹਾਂ ਜੀ ਮੈਂ ਆਪ ਤਾਂ ਅਟੈਂਡ ਕਰ ਨਹੀਂ ਸਕਦਾ ਜੀ ਮੈਂ ਤਾਂ ਸਿਰਫ ਸੇਫਾਈ ਕਰਦਾ ਹਾਂ ਹਾਂ ਜੀ ਅਟੈਂਡ ਕਰਨ ਵਾਲਾ ਹੋਰ ਬੱਚਾ ਹੁੰਦਾ ਇਹ ਕੋਣ ਠੀਕ ਆ ਜੀ ਮੇਰਾ ਬੇਟਾ ਕਰੇ ਤਾਂ ਇਹ ਇੱਕ ਹੋਰ ਸੀ ਗੈਨੀ ਜੋ ਬਿਮਾਰ ਹੋ ਗਏ ਜਾਂ ਹੋ ਕਰਦੇ ਸੀਗੇ ਜੀ ਤੁਸੀਂ ਦਸੇ 2 ਸਾਲਾਂ ਦਾ ਮਤਲਬ ਤੁਸੀਂ ਕੜੇ ਪਾਉਣੇ ਹਨਾ ਖੂਨ ਦਾ ਨਾ 1 ਸਾਲ 3 ਮਹੀਨੇ ਹੋ ਗਏ ਜੀ ਅੱਛਾ 1 ਸਾਲ 3 ਮਹੀਨੇ ਕਿੰਨੇ ਕੜੇ ਪਾਤੇ ਹੋਣੇ ਮੈਂ ਕੜੇ ਪਾਤੇ ਮਤਲਬ ਉਹ ਨਹੀਂ ਯਾਦ ਗਿਆ ਤਕਰੀਬਨ 4000 ਤੋਂ ਉੱਤੇ ਨਿਕਲ ਗਿਆ ਜੀ 4000 ਪਹਿਲਾਂ ਲਿਖਿਆ ਵੀ ਨਹੀਂ ਸੀ ਮੈਂ ਕਿਹਾ 6000 ਕਢਾਉਂਗਾ ਉਹ ਠੀਕ ਆ ਜੀ ਤੇ ਕੀ ਮਤਲਬ ਕੜਾ ਪਾ ਕੇ ਹੀ ਰੱਖਣਾ ਪੈਂਦਾ ਜੀ ਪਾ ਕੇ ਰੱਖਣਾ ਹੀ ਕੜਾ ਹਾਂਜੀ ਹਾਂਜੀ ਸਾਰੇ ਮਤਲਬ ਉਮਰ ਰੱਖਣਾ ਹੀ ਪੈਂਦਾ ਹਾਂ ਜੀ ਦੁਬਾਰਾ ਨਹੀਂ ਫੇ ਬੁੜਕੇ ਹੋਉ ਹੀ ਨਹੀਂ ਹੁੰਦੀ ਨਹੀਂ ਹਾਂ ਨਾ ਹੀ ਬਾਤ ਨਹੀਂ ਹੁੰਦੀ ਠੀਕ ਹੈ ਮਤਲਬ ਜਿਆਦਾ ਆਪਾਂ ਕਹਿ ਲਈਏ ਵੀ ਆਪਣਾ ਖਾਣ ਪੀਣ ਹੀ ਇਹੋ ਜਿਹਾ ਹੋਣਾ ਚਾਹੀਦਾ ਹੈ ਖਾਣ ਪੀਣ ਦੇ ਨਾਲ ਜਦ ਖਾਣ ਪੀਣ ਦੇ ਨਾਲ ਨਾ ਹਾਂਜੀ ਸਰੀਰਿਕ ਕਰਮੈਸ਼ ਹੋਣੀ ਜੀ ਉਹ ਕਰਮੈਸ਼ ਵਾਲੀ ਇਹ ਤਾਂ ਹੁੰਦਾ ਹੈ ਆ ਬਿਮਾਰੀਆਂ ਆਮ ਹੀ ਵਧੀਆਂ ਜਾਂ ਅਨਾਜ ਮਾੜੇ ਦੇ ਕਰਨਾ ਹਾਂਜੀ ਹਾਂਜੀ ਬਿਮਾਰੀਆਂ ਆਮ ਹੀ ਬਹੁਤ ਜ਼ਿਆਦਾ ਵਧ ਗਈ ਠੀਕ ਹੈ ਜੀ ਹਾਂਜੀ ਬਿਲਕੁਲ ਜੀ ਤਾਂ ਆਹ ਦੋਸਤੋ ਸਾਨੂੰ ਅੱਜ ਦਿਖਾਇਆ ਬਾਕੀ ਕੋਈ ਗੱਲਬਾਤ ਰਹਿ ਗਈ ਹੋਵੇ ਹਨਾ ਤੇ ਨੰਬਰ ਦਿੱਤੇ ਹੋਏ ਆ ਤਿੰਨ ਨੰਬਰ ਆ ਵੀਰ ਤੇ ਕਈਰ ਕਹਿੰਦੇ ਵੀ ਫੋਨ ਨਹੀਂ ਚੱਕਦੇ ਹਨਾ ਤਾਂ ਇਦਾਂ ਹੋ ਜਾਂਦਾ ਹਰਜੀਤ ਸਿੰਘ ਜੀਤ ਬਾਬਾ ਕਹਿੰਦੇ ਆ ਪਿੰਡ ਹੈਗਾ ਜਿਉਂਦ ਆ ਤੁਸੀਂ ਦੇਖ ਸਕਦੇ ਹੋ ਰਾਮਪੁਰਾ ਫੂਲ ਤੋਂ 10 ਕਿਲੋਮੀਟਰ ਆ ਤੇ ਤਵਾ ਮੰਡੀ ਤੋਂ 6 ਕਿਲੋਮੀਟਰ ਬਰਨਾਲਾ ਰੋਡ ਤੇ ਹਨਾ ਬਠਿੰਡਾ ਹਾਂ ਜੀ ਹਾਂ ਜੀ ਬਰਨਾਲਾ ਰੋਡ ਸਾਈਡ ਤੇ ਰਹਿ ਜਾਂਦਾ ਹੈਗਾ ਤੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਬਾਕੀ ਕੂਰੀਅਰ ਦਾ ਵੀ ਖਾਸ ਪ੍ਰਬੰਧ ਹੈ ਤੇ ਲੋਕੇਸ਼ਨ ਇੱਥੀ ਹੁੰਨੇ ਬਾਬਾ ਜੀ ਤੁਸੀਂ ਹਾਂ ਜੀ ਡੇਲੀ ਕਰੀ ਵਣੇ ਡੇਲੀ ਹਾਂ ਜੀ ਆ ਮੈਂ ਲਿਖਿਆ ਹੋਇਆ ਹੈ ਨਾ ਕਿਰਪਾ ਕਰਕੇ ਪਹਿਲਾਂ ਫੋਨ ਜ਼ਰੂਰ ਕਰਿਓ ਕਈ ਰੀ ਨਹੀਂ ਹੁੰਦੇ ਹਾਂ ਜੀ ਹਾਂ ਜੀ ਉਹ ਕਿਤੇ ਐਮਰਜੈਂਸੀ ਤੇ ਪਰ ਮਾਰਕਟਾਂ ਚਾ ਜੀ ਕਈ ਵਾਰੀ ਕੈਮਰਿਆਂ ਦੇ ਕੰਮ ਬਹੁਤ ਹਾਂ ਬਿਲਕੁਲ ਬਿਲਕੁਲ ਜੀ ਵੈਸੇ ਫੋਨ ਕਰਕੇ ਹੀ ਜਾਣਾ ਚਾਹੀਦਾ ਬਿਲਕੁਲ ਜੀ ਫੋਨ ਕਰਕੇ ਆਉਣਾ ਚਾਹੀਦਾ ਜੀ ਬਿਲਕੁਲ 20 ਤਰੀਕ ਨੂੰ ਹਾਂ ਜੀ 20 ਤਰੀਕ ਨੂੰ ਸ਼ਾਦੀ ਆ ਜਾਈ ਸਾਡੇ ਕੈਨੇਡਾ ਤੋਂ ਆਇਆ ਹੋਇਆ ਪਰਿਵਾਰ ਸਾਡਾ ਨਾਲ ਧੂਆ ਜੀ ਦਾ ਜੀ ਉਹ 20 ਤਰੀਕ ਨੂੰ ਮੈਂ ਮਿਲਣਾ ਜੀ 20 ਤਰੀਕ ਬਾਈ ਨੋਟ ਕਰ ਲਿਓ 20 ਆਪਣੀ ਫਰਵਰੀ ਹਾਂ ਜੀ ਆਹੇ 20 ਫਰਵਰੀ ਆ ਉਸ ਤੋਂ ਬਾਅਦ ਬਾਈ ਜਿੰਨਾ ਮਰਜੀ ਹੈ ਨਾ ਫੋਨ ਪੈਸੇ ਵੀ ਕਰ ਹੀ ਲਿਆ ਕਰੋ ਤੇ ਵਧੀਆ ਰਹਿੰਦਾ ਤੇ ਬਾਕੀ ਆ ਤੁਹਾਨੂੰ ਜਾਣਕਾਰੀ ਦੇਣੀ ਸੀ ਤੇ ਵੱਧ ਤੋਂ ਵੱਧ ਕਰਿਓ ਸ਼ੇਅਰ ਜ ਸੋ ਧੰਨਵਾਦ ਬਾਬਾ ਜੀ ਤੁਹਾਡਾ ਵੀ ਬਹੁਤ ਬਹੁਤ ਠੀਕ ਸਤਿ ਸ੍ਰੀ ਅਕਾਲ